ਫਾਜ਼ਿਲਕਾ ਦੇ ਬਾਰਡਰ ਰੋਡ ਤੇ ਝੁੱਗੀ ਪਾ ਕੇ ਆਪਣਾ ਕਾਰੋਬਾਰ ਚਲਾਉਣ ਵਾਲੇ ਇੱਕ ਵਿਅਕਤੀ ਦੀ ਝੁੱਗੀ ਨੂੰ ਲਗਾਈ ਅੱਗ, ਪੜੋਸੀ ਤੇ ਲਗਾਏ ਆਰੋਪ, ਕੀਤੀ ਜਾ ਰਹੀ ਹੈ ਕਾਰਵਾਈ ਦੀ ਮੰਗ। ਫਾਜ਼ਿਲਕਾ ਦੀ ਬਾਰਡਰ ਰੋਡ ਤੇ ਝੁੱਗੀ ਬਣਾ ਕੇ ਪਰੌਂਠਿਆਂ ਦਾ ਕਾਰੋਬਾਰ ਕਰਨ ਵਾਲੇ ਇੱਕ ਵਿਅਕਤੀ ਦੀ ਝੁੱਗੀ ਨੂੰ ਅੱਗ ਲਗਾ ਦਿੱਤੀ ਗਈ ਹੈ, ਜਿਸ ਦੇ ਚਲਦਿਆਂ ਝੁੱਗੀ ਪੂਰੀ ਤਰ੍ਹਾਂ ਨਾਲ ਸੜ ਕੇ ਸਵਾਹ ਹੋ ਗਈ ਅਤੇ ਸਮਾਨ ਵੀ ਸੜ ਗਿਆ, ਜਿਸ ਦੇ ਚਲਦਿਆਂ ਕਾਫੀ ਨੁਕਸਾਨ ਹੋ ਗਿਆ। ਜਾਣਕਾਰੀ ਦਿੰਦੇ ਹੋਏ ਝੁੱਗੀ ਦੇ ਮਾਲਕ ਸੰਦੀਪ ਕੁਮਾਰ ਨੇ ਦੱਸਿਆ ਕਿ ਉਸ ਦੇ ਵੱਲੋਂ ਇੱਥੇ ਪਰੌਂਠਿਆਂ ਦੀ ਰੇਹੜੀ ਲਗਾਈ ਜਾਂਦੀ ਸੀ ਅਤੇ ਝੁੱਗੀ ਬਣਾ ਕੇ ਆਪਣਾ ਕਾਰੋਬਾਰ ਕੀਤਾ ਜਾ ਰਿਹਾ ਸੀ, ਲੇਕਿਨ ਉਸ ਦਾ ਪੜੋਸੀ ਉਸ ਤੋਂ ਜੈਲਸੀ ਕਰਦਾ ਸੀ ਅਤੇ ਜਿਸ ਦੇ ਚਲਦਿਆਂ ਉਸ ਦੇ ਵੱਲੋਂ ਝੁੱਗੀ ਨੂੰ ਅੱਗ ਲਗਾ ਦਿੱਤੀ ਗਈ। ਉਹਨਾਂ ਨੇ ਕਿਹਾ ਕਿ ਪੜੋਸੀ ਵੱਲੋਂ ਕਈ ਵਾਰ ਧਮਕੀਆਂ ਵੀ ਦਿੱਤੀਆਂ ਗਈਆਂ ਸੀ, ਜਿਸ ਦੇ ਚਲਦਿਆਂ ਉਸ ਦੇ ਵੱਲੋਂ ਹੁਣ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਮੇਰਾ ਨਾਮ ਸੰਦੀਪ ਕੁਮਾਰ ਹੈ ਜੀ। ਸੰਦੀਪ ਕੀ ਗੱਲ ਹੋਈ ਇੱਥੇ? ਇਹ ਜੀ, ਮੈਂ ਇੱਥੇ ਪਰੌਂਠਿਆਂ ਦੀ ਰੇਹੜੀ ਲਗਾਉਣ ਹੁੰਦਾ ਅਤੇ ਮੇਰੇ ਨਾਲ ਗੁਆਂਢੀ ਹੈਗਾ, ਨਾ ਮੇਰੀ ਇਹਦੇ ਨਾਲ ਕੋਈ ਦੁਸ਼ਮਣੀ ਹੈਗੀ ਜਾਤੀ, ਨਾ ਕੋਈ ਇਹਦੇ ਨਾਲ ਮੇਰਾ ਕੋਈ ਵੀ ਗ੍ਰੇਡ ਨਹੀਂ ਹੈਗੀ। ਇਹ ਕਈ ਦਿਨਾਂ ਤੋਂ ਮੈਨੂੰ ਕਰ ਰਿਹਾ ਪਰੇਸ਼ਾਨ। ਇੱਥੇ ਛੋਟਾ ਜਿਹਾ ਮੰਦਰ ਬਣਾਇਆ ਸੀ ਜੀ, ਇਹਨੇ ਪਹਿਲੇ ਤਾਂ ਉਹ ਚੱਕ ਕੇ ਜੀ ਸੜਕ 'ਤੇ ਮਾਰਿਆ, ਮੇਰੇ ਕੋਲ ਵੀਡੀਓ ਹੈਗੀ ਹੈ। ਅੱਛਾ ਜੀ। ਉਹਦੇ ਬਾਅਦ ਮੈਨੂੰ ਆਹ ਥੋੜ੍ਹਾ ਜਿਹਾ ਤਰਪਾਲ ਵੱਧ ਗਿਆ ਸੀ, ਮੈਂ ਕਿਹਾ ਚਲੋ ਇਹਦਾ ਵੀ ਫਾਇਦਾ ਹੋ ਜਾਵੇ, ਥੋੜ੍ਹਾ ਜਿਹਾ ਉੱਥੇ ਵਧਾ ਤਾ। ਮੈਨੂੰ 4 ਦਿਨਾਂ ਦਾ ਕਹਿੰਦਾ ਵੀ ਤਰਪਾਲ ਪਾਸੇ ਕਰ ਲੈਣੀ ਅਤੇ ਮੈਂ ਅੱਗ ਲਗਾ ਦਾਂਗਾ। ਉਹ ਮੈਨੂੰ ਤਾਂ ਪਤਾ ਨਹੀਂ ਸੀ ਇਸ ਚੀਜ਼ ਦਾ ਵੀ ਵਾਕਈ ਅਜਾ ਹੋ ਜਾਏਗਾ। ਉਹ ਰਾਤ ਨੂੰ ਇਹਨੇ ਹਰਕਤ ਕਰਤੀ ਹੈ ਜੀ, ਤੁਹਾਡੇ ਸਭਣਿਆਂ ਦੇਖ ਲਓ ਕੀ ਕੀਤਾ ਕੀ ਹੈ ਜੀ। ਇਹਨੇ ਅੱਗ ਲਗਾਈ ਹੈ ਜੀ, ਪਹਿਲੇ ਮੇਰਾ ਸਮਾਨ ਪਲਟਿਆ ਸਾਰਾ, ਮੇਰੇ ਨਾਲ ਇੱਥੇ ਆਹ ਬੰਦੇ ਸੁਣਦੇ ਨੇ 2-3 ਵਿਚਾਰੇ ਦਿਹਾੜੀ ਮਜ਼ਦੂਰ ਵਾਲੇ, ਇੱਕ ਬੰਦਾ ਮੇਰੇ ਘਰੇ ਗਿਆ ਜਾਣ ਕੇ ਮੈਨੂੰ ਕਹਿਣ ਵੀ ਸਮਾਨ ਪਲਟਿਆ ਹੋ ਤੇਰਾ, ਵੱਜਿਆ ਤਾਂ ਉਹਨੇ ਨੂੰ ਤਾਂ ਅੱਗ ਲੱਗੀ ਹੋਈ ਸੀ ਇੱਥੇ। ਕਿੰਨੇ ਵਜੇ ਦਾ ਇਹ ਵਾਕਿਆ ਜੀ? ਇਹ 9 ਵਜੇ ਦਾ ਵਾਕਿਆ ਜੀ, ਰਾਤ। ਤੇ ਪੁਲਿਸ ਨੂੰ ਸੂਚਨਾ ਦਿੱਤੀ ਤੁਸੀਂ? ਰਾਤ ਨੂੰ ਪੁਲਿਸ ਕੋਲੇ ਗਏ ਸੀ ਜੀ, ਹੁਣ ਲਿਖਤ ਰੂਪ 'ਚ ਮੈਂ ਦੇ ਕੇ ਆਵਾਂਗਾ ਦਰਖਾਸਤ। ਕੀ ਮੰਗ ਕਰ ਰਹੇ ਹੋ ਪ੍ਰਸ਼ਾਸਨ? ਮੰਗ ਮੇਰੀ ਤੇ ਇਹਨਾਂ ਦੀ ਕੋਈ ਜਾਤੀ ਦੁਸ਼ਮਣੀ ਤੇ ਹੈ ਨਹੀਂ ਜੀ, ਮੈਂ ਗਰੀਬ ਆਦਮੀ ਹਾਂ, ਜਗ੍ਹਾ ਕਮੇਟੀ ਦੀ, ਜਿਵੇਂ ਆਹ ਬੈਠੇ ਨੇ ਉਵੇਂ ਮੈਂ ਬੈਠਾ, ਇਹ ਮੈਨੂੰ ਪਰੇਸ਼ਾਨ ਕਰਦਾ। ਮੇਰਾ ਤਾਂ ਮੁਆਵਜ਼ਾ ਜਿਹੜਾ ਮੇਰੇ ਪੈਸੇ ਲੱਗੇ ਮੈਨੂੰ ਦੇ ਦੇ, ਮੇਰੀ ਕੋਈ ਦੁਸ਼ਮਣੀ ਨਹੀਂ। ਕਿੰਨਾ ਨੁਕਸਾਨ ਹੋ ਗਿਆ? ਮੇਰਾ 25,000 ਰੁਪਏ ਲੱਗਾ ਹੋਇਆ ਜੀ ਇਹਦੇ 'ਤੇ, ਪੈਸੇ ਮੈਂ ਬਹੁਤ ਲਗਾਤੇ ਸੀ, ਪਰ ਮੇਰਾ ਤਕਰੀਬਨ 20-25 ਹਜ਼ਾਰ ਰੁਪਏ ਦਾ ਸਮਾਨ ਸੜਿਆ ਜੀ। ਆਹ ਤੁਹਾਡੇ ਸਾਹਮਣੇ ਆ, ਦੇਖ ਲਓ।